ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ ਆਰਟ ਆਫ ਲਿਵਿੰਗ ਤੇ ਸਾਰਿਆਂ ਦਾ ਸਵਾਗਤ ਆ। ਅੱਜ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ, ਦੂਜਾ ਦਿਨ ਆ। ਬੱਚਿਆਂ ਦੀ ਛੋਟੀ ਛੋਟੀ ਭੁੱਖ ਨੂੰ ਮਿਟਾਉਣ ਦੇ ਲਈ ਅੱਜ ਮੈਂ ਬਿਲਕੁਲ ਹੈਲਦੀ ਵੇ ਦੇ ਨਾਲ ਆਟੇ ਵਾਲਾ ਇੱਕ ਕੇਕ, ਡਰਾਈ ਕੇਕ ਬਣਾਉਣ ਜਾ ਰਹੀ ਹਾਂ। ਉਹਦੀ ਰੈਸਪੀ ਤੁਹਾਨੂੰ ਮੈਂ ਲਿੰਕ ਦੇ ਵਿੱਚ ਸ਼ੇਅਰ ਕਰ ਦੂੰਗੀ, ਬਸ ਥੋੜ੍ਹੀ ਥੋੜ੍ਹੀ ਝਲਕ ਤੁਹਾਨੂੰ ਦਿਖਾਉਂਦੀ ਜਾਊਂਗੀ। ਹਾਂਜੀ, ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਆਪਾਂ ਆਟਾ ਲਵਾਂਗੇ। ਮੈਦਾ ਮੈਂ ਨਹੀਂ ਯੂਜ਼ ਕਰ ਰਹੀ। ਮੈਂ ਤੁਹਾਨੂੰ ਜਿੱਦਾਂ ਕਿਹਾ ਸੀ ਕਿ ਆਪਾਂ ਆਟੇ ਵਾਲਾ ਕੇਕ ਬੱਚਿਆਂ ਵਾਸਤੇ ਬਣਾਵਾਂਗੇ, ਮੈਦੇ ਦਾ ਤਾਂ ਨੁਕਸਾਨ ਹੀ ਹੁੰਦਾ। ਮੈਂ ਜਿਵੇਂ 160 ਗ੍ਰਾਮ ਕਰੀਬ ਲੈ ਲਿਆ ਸੀਗਾ ਆਟਾ, ਜਿਹਦੇ ਵਿੱਚ ਮੈਂ ਇੱਕ ਛੋਟਾ ਬਾਊਲ ਕਰੀਬ 60 ਗ੍ਰਾਮ ਦੇ ਕਰੀਬ ਆਪਣਾ ਮਲਾਈ, ਫੈਂਟੀ ਹੋਈ ਜਾਂ ਮੱਖਣ, ਦੋਨਾਂ 'ਚੋਂ ਕੁਛ ਵੀ ਤੁਸੀਂ ਲੈ ਸਕਦੇ ਹੋ, ਉਹਨੂੰ ਤੁਸੀਂ ਇਹਦੇ ਵਿੱਚ ਮਿਕਸ ਕਰ ਲੈਣਾ ਆ ਚੰਗੀ ਤਰ੍ਹਾਂ, ਠੀਕ ਹੈ ਜੀ। ਮੰਨ ਲਓ ਜੇ 150 ਗ੍ਰਾਮ ਤੁਸੀਂ ਆਟਾ ਲਿਆ ਤਾਂ ਉਹਦੇ ਵਿੱਚ ਕਹਿ ਲਓ ਕਿ 50 ਗ੍ਰਾਮ ਦੇ ਕਰੀਬ ਤੁਸੀਂ ਮਲਾਈ ਪਾ ਦੋਗੇ, ਠੀਕ ਹੈ ਜੀ। ਇਸ ਤੋਂ ਬਾਅਦ ਇਹਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਲਾਂਗੇ ਥੋੜ੍ਹਾ ਜਿਹਾ, ਤਾਂ ਜੋ ਜਿਹੜਾ ਬਟਰ ਹੈਗਾ ਆਟੇ ਦੇ ਵਿੱਚ ਮਿਕਸ ਹੋਈ ਜਾਵੇ। ਹਾਂਜੀ, ਕਿਚਨ ਦੇ ਵਿੱਚ ਇਸ ਟਾਈਮ ਮੇਰੇ ਬੱਚੇ ਨੇ ਨਾਲ, ਦੋਨੋਂ ਮੇਰੀ ਹੈਲਪ ਕਰ ਰਹੇ ਆ, ਜਿਹੜੇ ਕਿ ਖਾਣ ਦੇ ਸ਼ੌਕੀਨ ਦੇ ਨਾਲ ਨਾਲ ਥੋੜ੍ਹੀ ਕੁਕਿੰਗ ਨੂੰ ਵੀ ਲਾਈਕ ਕਰਦੇ ਨੇ ਕਰਨਾ। ਹੁਣ ਮੈਂ ਇਹਦੇ ਨਾਲ ਹੀ ਇੱਕ ਗਲਾਸ ਦੁੱਧ ਲਿਆ ਆ, ਬੋਇਲ ਕੀਤਾ ਹੋਇਆ, ਤਾਜ਼ਾ ਦੁੱਧ, ਗਰਮ ਨਹੀਂ ਲੈਣਾ ਹੈਗਾ। ਉਹ ਇਹਦੇ ਵਿੱਚ ਮੈਂ ਮਿਕਸ ਕਰ ਲਿਆ ਆ, ਜਿੰਨਾ ਕੁ ਹੋ ਜੇ ਉਹਨੂੰ ਮਿਕਸ ਚੰਗੀ ਤਰ੍ਹਾਂ ਕਰ ਲੂੰਗੀ ਮੈਂ। ਥੋੜ੍ਹਾ ਥੋੜ੍ਹਾ ਕੁਆਂਟਿਟੀ ਕਰਕੇ ਪਾਈ ਜਾਵਾਂਗੇ, ਇੱਕੋ ਵਾਰ 'ਚ ਨਹੀਂ ਆਪਾਂ ਨੇ ਸਾਰਾ ਪਾਣ ਲੈਣਾ। ਇਸ ਤੋਂ ਇਲਾਵਾ ਅਗਰ ਜੇ ਨਹੀਂ ਮਿਕਸ ਹੋਊਗਾ, ਆਪਾਂ ਬਾਅਦ ਵਿੱਚ ਥੋੜ੍ਹਾ ਜਿਹਾ ਸਾਰਾ ਮਟੀਰੀਅਲ ਐਡ ਕਰਨ ਤੋਂ ਬਾਅਦ ਥੋੜ੍ਹਾ ਪਾਣੀ ਵੀ ਵਿੱਚ ਮਿਕਸ ਕਰਾਂਗੇ, ਤਾਂ ਜੋ ਆਪਣੀ ਜਿਹੜੀ ਹੈਗੀ ਇਹਦੀ ਲੇਅਰ ਬਣ ਜਾਏ, ਚੋਕਲੇਟੀ ਲੇਅਰ ਬਣਾ ਦੇਣੀ ਆਪਾਂ ਬਿਲਕੁਲ ਹੀ। ਹਾਂਜੀ, ਹੁਣ ਮੈਂ ਥੋੜ੍ਹਾ ਜਿਹਾ ਪਾਣੀ ਐਡ ਕਰ ਰਹੀ ਹਾਂ, ਕਿਉਂਕਿ ਮੇਰੀ ਜਿਹੜੀ ਇਹਦੀ ਹੈਗੀ ਆ ਪੇਸਟ ਜਿਹੜਾ ਥੋੜ੍ਹਾ ਜਿਹਾ ਥਿੱਕ ਹੈ, ਹੋਰ ਲੋੜ ਅਨੁਸਾਰ ਜਿੰਨੀ ਵੀ ਇਹਦੀ ਰਿਕੁਆਇਰਮੈਂਟ ਹੈਗੀ ਆ ਪੇਸਟ ਬਣਾਉਣ ਲਈ, ਉਨਾ ਕੀ ਪਾਣੀ ਐਡ ਕਰਨਾ ਥੋੜ੍ਹਾ ਥੋੜ੍ਹਾ ਕਰਕੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹਾਂਜੀ, ਹੁਣ ਆਪਾਂ ਟੇਸਟ ਦੇ ਲਈ ਥੋੜ੍ਹਾ ਫਲੇਅਰ ਵਧਾਉਣ ਕਰਕੇ ਇਹਦੇ ਵਿੱਚ ਕਸਟਰਡ ਪਾਊਡਰ 2 ਚਮਚ ਘੋਲੇ ਨੇ ਮੈਂ, ਬੋਇਲ ਜਿਹੜਾ ਹੁੰਦਾ ਠੰਡਾ ਦੁੱਧ ਉਹਦੇ ਵਿੱਚ ਪਾ ਕੇ, ਠੀਕ ਹੈ ਜੀ। ਇਸ ਤੋਂ ਬਾਅਦ ਇਹਦੇ ਵਿੱਚ ਮੈਂ ਬੇਕਿੰਗ ਸੋਡਾ 1 ਚਮਚ, ਫਿਰ ਇਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਬੇਕਿੰਗ ਪਾਊਡਰ, ਯਾਨੀ ਕਿ ਜੇ 1 ਚਮਚ ਮੈਂ ਬੇਕਿੰਗ ਸੋਡਾ ਪਾਇਆ ਤਾਂ ਮੈਂ 1.5 ਚਮਚ ਦੇ ਕਰੀਬ ਬੇਕਿੰਗ ਪਾਊਡਰ ਪਾਇਆ ਆ, ਤਾਂ ਜੋ ਆਪਣਾ ਕੇਕ ਜਿਹੜਾ ਹੈਗਾ ਸੋਫਟ ਅਤੇ ਥੋੜ੍ਹਾ ਜਿਹਾ ਫਲਫੀ ਬਣ ਜਾਵੇ। ਹਾਂਜੀ, ਹੁਣ ਮੈਂ ਇਸ ਵਿੱਚ 100 ਗ੍ਰਾਮ ਦੇ ਕਰੀਬ ਸ਼ੱਕਰ ਐਡ ਕਰ ਦੇਣੀ ਆ। ਆਪਾਂ ਚੀਨੀ ਯੂਜ਼ ਨਹੀਂ ਕਰ ਰਹੇ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਹੈਲਦੀ ਵੇ ਨਾਲ ਬਣਾਉਣਾ ਆ, ਤਾਂ ਆਪਾਂ ਮਿੱਠੇ ਦੇ ਵਿੱਚ ਚੀਨੀ ਦੀ ਜਗ੍ਹਾ ਸ਼ੱਕਰ ਨੂੰ ਯੂਜ਼ ਕਰਨਾ ਆ, ਬਰਾਊਨ ਸ਼ੂਗਰ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਆ, ਮਿਕਸ ਕਰ ਲੈਣਾ ਹੈ, ਜਿਵੇਂ ਇੱਕ ਚੋਕਲੇਟੀ ਚੋਕਲੇਟ ਨੂੰ ਮੈਲਟ ਕਰਨ ਤੋਂ ਬਾਅਦ ਉਹਦੀ ਲੇਅਰਸ ਬਣਦੀਆਂ ਨੇ, ਇਸੇ ਤਰ੍ਹਾਂ ਕੇਕ ਦੀਆਂ ਬਣ ਜਾਣੀਆਂ ਚਾਹੀਦੀਆਂ ਨੇ।
मेरे कोल नाल मेरी हेल्प ली, मेरे दोनों बेटे कोल खड़े ने। देखो हम शर्मा गए, चले गए ने उधर। अदरवाइज उन्होंने इदा सी कि सारी रेसिपी असं ट्रांसलेट कर। मेरे चैनल नू प्लीज़ सबसक्राइब करना ना भुल्यो। आर्ट ऑफ लिविंग तुहाडे सपोर्ट की मैनू बहुत जरूरत आ। और यह डिलीशियस केक अपने बच्चों लिए जरूर ट्राई करियो। धन्यवाद।